ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਓਮ ਗਲੋਬਲ ਤੋਂ ਚੰਡੀਗੜ੍ਹ ਬ੍ਰਾਂਚ ਤੋਂ। ਕੁਛ ਅਫਵਾਹਾਂ ਆ ਰਹੀਆਂ ਨੇ ਕਿ ਕੈਨੇਡਾ ਦੇ ਵੀਜ਼ਾ ਲੋ ਪਰਸੈਂਟੇਜ 'ਤੇ ਨਹੀਂ ਲੱਗ ਰਹੇ, ਘੱਟ ਬੈਂਡ 'ਤੇ ਨਹੀਂ ਲੱਗ ਰਹੇ। ਸੋ ਸਾਰੀਆਂ ਹੀ ਅਫਵਾਹਾਂ ਤੋਂ ਉੱਪਰ ਉੱਠ ਕੇ ਇੱਕ ਸਟੂਡੈਂਟ ਸਾਡੇ ਨਾਲ ਨੇ, ਆਰੀਅਨ ਜੀ, ਉਹਨਾਂ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਹੈ, ਸਾਡੇ ਕੋਲ ਆ ਚੁੱਕਿਆ ਹੈ ਅਤੇ ਉਹਨਾਂ ਨੇ ਪਲੱਸ ਟੂ ਕੀਤੀ ਹੈ 2018 'ਚ ਨੋਨ ਮੈਡੀਕਲ ਸਟ੍ਰੀਮ ਨਾਲ। ਸੋ ਅੱਜ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਉਹਨਾਂ ਦੇ ਕਿੰਨੇ ਪਰਸੈਂਟੇਜ ਸੀ ਅਤੇ ਕਿੰਨੇ ਉਹਨਾਂ ਦੇ ਆਇਲਸ 'ਚੋਂ ਬੈਂਡ ਸੀ ਅਤੇ ਉਹਨਾਂ ਨੇ ਸਾਡੀ ਸਰਵਿਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਹੈ। ਸਤਿ ਸ਼੍ਰੀ ਅਕਾਲ ਆਰੀਅਨ ਜੀ, ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡਾ ਕੈਨੇਡਾ ਦਾ ਵੀਜ਼ਾ ਕਿੰਨੇ ਪਰਸੈਂਟ 'ਤੇ ਲੱਗਾ ਹੈ ਅਤੇ ਕਿੰਨੇ ਤੁਹਾਡੇ ਓਵਰਆਲ ਸਕੋਰ ਸੀਗੇ ਆਇਲਸ 'ਚੋਂ? ਓਕੇ, ਮੇਰਾ ਐਕਚੁਲੀ ਪਲੱਸ ਟੂ 'ਚ ਮਾਰਕਸ ਸੀ 60%, ਜਿਹਦੇ ਵਿੱਚ ਮੇਰੇ ਮੈਥ 'ਚ ਮਾਰਕਸ ਘੱਟ ਸੀ, ਉਹ ਸੀ 43 out of 100, ਜਿਹਦੇ ਕਾਰਨ ਮੈਂ ਕਈ ਕੰਸਲਟੈਂਟਸ ਤੋਂ ਪਹਿਲਾਂ ਗਿਆ ਸੀ ਕਿ ਵੀਜ਼ੇ ਬਾਰੇ, ਪਰ ਉਹ ਕਹਿੰਦੇ ਕਿ ਤੁਹਾਡੇ ਵੀਜ਼ਾ ਦੇ ਚਾਂਸ ਘੱਟ ਆ ਲੱਗਣਗੇ। ਓਕੇ, ਤਾਂ ਇਸ ਕਰਕੇ ਫਿਰ ਮੈਂ ਆਪਣੇ ਕਜ਼ਨ ਨਾਲ ਗੱਲ ਕੀਤੀ, ਫਿਰ ਉਹਨਾਂ ਨੇ ਤੁਹਾਡਾ ਸੁਜੈਸ਼ਨ ਦਿੱਤਾ ਓਮ ਗਲੋਬਲ ਦਾ, ਅਤੇ ਮੈਂ ਜਦੋਂ ਤੁਹਾਡੇ ਕੋਲ ਆਇਆ ਤੁਸੀਂ ਮੈਨੂੰ ਗਰੰਟੀ ਦਿੱਤੀ ਕਿ ਵੀਜ਼ਾ ਲੱਗ ਜੂਗਾ ਤੁਹਾਡਾ। ਓਕੇ, ਅਤੇ ਤੁਸੀਂ ਮੈਨੂੰ ਇਹ ਵੀ ਕਿਹਾ ਕਿ ਪੈਸੇ ਸਾਰੇ ਵੀਜ਼ੇ ਲੱਗਣ ਤੋਂ ਬਾਅਦ, ਜਿਹਦੇ ਨਾਲ ਮੈਨੂੰ ਹੋਰ ਸ਼ਿਓਰਿਟੀ ਹੋ ਗਈ ਕਿ ਵੀਜ਼ਾ ਲੱਗ ਜੂਗਾ। ਓਕੇ ਓਕੇ, ਹਾਂ। ਇੱਕ ਇਹ ਵੀ ਦੱਸੋ ਵੀ ਤੁਹਾਡੇ ਇਕੱਲੇ ਮੈਥ 'ਚੋਂ ਨੰਬਰ ਘੱਟ ਸੀ ਜਾਂ ਦੂਸਰੇ ਸਬਜੈਕਟ ਵਿੱਚੋਂ ਵੀ? ਮੇਰੇ ਮੈਥ 'ਚ ਤੇ ਕੈਮਿਸਟਰੀ 'ਚ ਨੰਬਰ ਘੱਟ ਸੀ। ਮੈਂ ਕੈਮਿਸਟਰੀ 'ਚੋਂ ਕਿੰਨੇ ਨੰਬਰ ਸੀ? ਮੇਰੇ ਕੈਮਿਸਟਰੀ 'ਚੋਂ ਸੀਗੇ 45, ਅਤੇ ਫਿਜ਼ਿਕਸ 'ਚੋਂ? ਫਿਜ਼ਿਕਸ 'ਚ ਮੇਰੇ ਸੀਗੇ 49। ਯਾਨੀ ਕਿ ਓਵਰਆਲ ਪਰਸੈਂਟੇਜ ਇਹਨਾਂ ਦੀ ਨੀਅਰ ਅਬਾਊਟ 46 ਅਕੈਡਮਿਕ ਸਬਜੈਕਟ ਤੋਂ ਬਣ ਰਹੀ ਸੀ, ਅਤੇ ਆਇਲਸ ਵਿੱਚੋਂ ਇਹਨਾਂ ਦੇ ਓਵਰਆਲ 6.5 ਸੀ। ਓਕੇ, ਅਤੇ ਇਹਨਾਂ ਨੇ ਸਾਰੇ ਪੈਸੇ ਓਮ ਗਲੋਬਲ ਨੂੰ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ। ਇਹ ਇਹਨਾਂ ਦਾ ਵੀਜ਼ਾ ਹੈ ਅਤੇ ਤੁਸੀਂ ਦੇਖ ਸਕਦੇ ਹੋ। ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਇਹਨਾਂ ਨੂੰ, ਆਰੀਅਨ ਜੀ ਨੂੰ, ਅਤੇ ਨਾਲ ਹੀ ਅਸੀਂ ਬਹੁਤ ਹੀ ਧੰਨਵਾਦ ਕਰਦੇ ਇਹਨਾਂ ਦੇ ਫਰੈਂਡ ਜੋ ਕਜ਼ਨ ਨੇ, ਗਗਨ ਜੀ, ਉਹਨਾਂ ਨੇ ਸਾਡੇ 'ਤੇ ਭਰੋਸਾ ਕੀਤਾ ਅਤੇ ਆਪਣੇ ਕਜ਼ਨ ਨੂੰ ਸਾਡੇ ਕੋਲ ਭੇਜਿਆ ਅਤੇ ਅਸੀਂ ਵੀ ਉਹਨਾਂ ਦਾ ਭਰੋਸਾ ਜਿੱਤਿਆ ਅਤੇ ਉਹਨਾਂ ਦਾ ਕਜ਼ਨ ਨੂੰ ਹੁਣ ਕੈਨੇਡਾ ਭੇਜ ਰਹੇ ਹਾਂ ਅਤੇ ਪੈਸੇ ਵੀ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਹਾਂ। ਉਸ ਤੋਂ ਇਲਾਵਾ ਹੋਰ ਵੀ ਕੁਛ ਅੱਜ ਰਿਜ਼ਲਟ ਆਏ ਨੇ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਮ ਲੈ ਕੇ ਦੱਸ ਸਕਦਾ। ਗੌਰਵਦੀਪ ਜੀ, ਜਿਨ੍ਹਾਂ ਦਾ ਅੱਜ ਵੀਜ਼ਾ ਆਇਆ ਹੈ, ਪਾਸਪੋਰਟ ਅਜੇ ਸਬਮਿਟ ਕਰਵਾਏ ਹੈ ਸਟੈਂਪ ਲਈ। ਉਸ ਤੋਂ ਬਾਅਦ ਸ਼ਿਵਮ ਰਾਣਾ ਜੀ, ਇਹਨਾਂ ਦੋਨਾਂ ਦੇ ਦੋਨਾਂ ਨੇ ਹੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਸਾਨੂੰ, ਅਤੇ ਓਵਰਆਲ ਇਹਨਾਂ ਦੇ 6 ਬੈਂਡ ਨੇ ਅਤੇ 2016 ਪਾਸ ਆਊਟ ਨੇ ਗੌਰਵ ਜੀ, ਅਤੇ ਸ਼ਿਵਮ ਰਾਣਾ ਜੀ 2018 ਪਾਸ ਆਊਟ ਹੈ। ਅਤੇ ਉਸ ਤੋਂ ਬਾਅਦ ਜਤਿੰਦਰਪਾਲ ਸਿੰਘ ਜੀ ਹੈ ਜੋ ਕਿ 2016 'ਚ ਇਹਨਾਂ ਨੇ ਪਲੱਸ ਟੂ ਕਮਰਸ ਨਾਲ ਕੀਤੀ ਹੈ, ਅਤੇ ਇਹਨਾਂ ਦੇ ਵੀ ਓਵਰਆਲ 6 ਬੈਂਡ ਨੇ ਅਤੇ ਇੱਕ ਵਾਰੀ ਇਹ ਪਹਿਲਾਂ ਰਿਫਿਊਜ਼ ਨੇ। ਉਦੋਂ ਜੋਬਨਵੀਰ ਸਿੰਘ ਸਰਾਂ, ਇਹ ਵੀ ਓਵਰਆਲ 6 ਬੈਂਡ ਨੇ ਅਤੇ ਇੱਕ ਵਾਰੀ ਇਹ 2016 ਵਿੱਚ ਰਿਫਿਊਜ਼ ਨੇ ਪਲੱਸ ਟੂ ਤੋਂ ਬਾਅਦ। ਸੋ ਬਹੁਤ ਬਹੁਤ ਮੁਬਾਰਕਾਂ ਇਹਨਾਂ ਸਟੂਡੈਂਟ ਦੀਆਂ। ਅਤੇ ਦੂਸਰੇ ਸਟੂਡੈਂਟ ਨੇ ਹਰਜੋਤ ਕੌਰ, ਵੀ ਇਹਨਾਂ ਦੇ ਵੀ ਓਵਰਆਲ 6.5 ਬੈਂਡ ਨੇ, ਇੱਕ ਮਡਿਊਲ 'ਚੋਂ 5.5 ਬੈਂਡ ਨੇ, ਇਹਨਾਂ ਦਾ ਵੀ ਵੀਜ਼ਾ ਲੱਗ ਚੁੱਕਿਆ ਹੈ। ਮਨਿੰਦਰ ਸਿੰਘ ਜੀ, ਇਹਨਾਂ ਦਾ ਵੀ ਵੀਜ਼ਾ ਸਾਡੇ ਕੋਲ ਅੱਜ ਆਇਆ ਹੈ ਪਾਸਪੋਰਟ ਸਟਿੱਕਰ ਲੱਗ ਕੇ। ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਨਵਨੀਤ ਕਿਰਨ ਜੀ, ਓਵਰਆਲ 6.5 ਬੈਂਡ ਨੇ ਅਤੇ 1 'ਚੋਂ 5.5 ਬੈਂਡ ਨੇ। ਸੋ ਇਹਨਾਂ ਸਟੂਡੈਂਟ ਨੇ ਸਾਡੇ ਤੋਂ ਸਰਵਿਸ ਲਈ ਹੈ ਅਤੇ ਬਹੁਤ ਬਹੁਤ ਮੁਬਾਰਕਾਂ ਇਹਨਾਂ ਸਟੂਡੈਂਟ ਨੂੰ, ਅਤੇ ਸਾਰੇ ਪੈਸੇ ਇਹਨਾਂ ਨੇ ਵੀਜ਼ਾ ਲੱਗਣ ਤੋਂ ਬਾਅਦ
ਦੇਣੇ ਆ ਸਾਨੂੰ, ਤੇ ਕੁਝ ਵਿਜ਼ਟਰ ਵੀਜ਼ੇ ਵੀ ਆਏ ਨੇ, 4 ਵਿਜ਼ਟਰ ਵੀਜ਼ਾ ਆਏ ਨੇ, ਸੋ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਸਪੋਰਟ। ਉਸ ਤੋਂ ਇਲਾਵਾ ਮੈਂ ਇੱਕ ਹੋਰ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ, ਜਿਹੜੇ ਸਟੂਡੈਂਟ ਇਹ ਸੋਚ ਰਹੇ ਨੇ ਵੀ ਹਾਂਜੀ ਸਾਡੇ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਆਉਣਗੇ, ਸੋ ਅੱਜ ਦੀ ਡੇਟ ਦਾ ਵੀਜ਼ਾ ਹੈ ਓਵਰਆਲ 6 ਬੈਂਡ, 1 ਮੋਡਿਊਲ ਚੋਂ 5 ਬੈਂਡ, ਯਾਨੀ ਕਿ ਓਵਰਆਲ 6 ਬੈਂਡ 2018 ਪਾਸ ਆਊਟ ਸ਼ੁਭਮ ਦੇਵੀ, ਅੱਜ ਵੀਜ਼ਾ ਹੈ, ਤੁਸੀਂ ਦੇਖ ਸਕਦੇ ਹੋ 3 ਜੂਨ ਯਾਨੀ ਕਿ ਅੱਜ ਦਾ ਵੀਜ਼ਾ ਹੈ, ਤੁਸੀਂ ਸ਼ੁਭਮ ਦੇਵੀ ਨਾਮ ਸੁਣ ਸਕਦੇ ਹੋ ਸ਼ੁਭਮ ਦੇਵੀ। ਅਤੇ ਪਿਛਲੇ ਹਫ਼ਤੇ ਵੀ ਅਸੀਂ ਲਾਈਵ ਹੋ ਕੇ ਦਿਖਾਇਆ ਸੀ ਵੀ ਕਿ ਆਸਟ੍ਰੇਲੀਆ ਦੇ ਵੀਜ਼ਾ ਆ ਰਹੇ ਨੇ, ਝੂਠੀਆਂ ਅਫਵਾਹਾਂ ਤੋਂ ਬਚੋ, ਬਟ ਵੀਜ਼ਾ ਉਹਨਾਂ ਦੇ ਆ ਰਹੇ ਜਿਨ੍ਹਾਂ ਦੀ ਪ੍ਰੋਫਾਈਲ ਵਧੀਆ ਹੈ, ਹਾਇਰ ਲੈਵਲ 'ਚ ਤੁਸੀਂ ਅਪਲਾਈ ਕਰੋਗੇ ਤੁਹਾਡੇ ਵੀਜ਼ਾ ਆਉਣਗੇ ਜ਼ਰੂਰ। ਸੋ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਸਾਰਿਆਂ ਨੂੰ। ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਤੋਂ ਤੁਸੀਂ ਅਪਲਾਈ ਕਰਨਾ ਹੈ ਕੈਨੇਡਾ ਦਾ ਸਟੂਡੈਂਟ ਵੀਜ਼ਾ, ਤੁਹਾਡੇ ਤੋਂ ਕੋਈ ਵੀ ਪੈਸਾ ਵੀਜ਼ੇ ਤੋਂ ਪਹਿਲਾਂ ਨਹੀਂ ਲਿਆ ਜਾਵੇਗਾ, ਚਾਹੇ ਤੁਸੀਂ ਇੱਕ ਵਾਰੀ ਚਾਹੇ 5 ਵਾਰੀ ਰਿਫਿਊਜ਼ ਹੋ, ਅੰਬੈਸੀ ਫੀਸ ਵੀ ਓਮ ਗਲੋਬਲ ਵੀਜ਼ਾ ਲੱਗਣ ਤੋਂ ਬਾਅਦ ਹੀ ਲਵੇਗਾ। ਸੋ ਸਤਿ ਸ਼੍ਰੀ ਅਕਾਲ ਇੱਕ ਵਾਰ, ਅਤੇ ਧੰਨਵਾਦ ਆਰੀਅਨ ਜੀ ਤੁਹਾਡਾ ਓਮ ਗਲੋਬਲ ਵਿਜ਼ਿਟ ਕਰਨ ਦਾ। ਤੁਹਾਡੀ ਜਰਨੀ ਵਧੀਆ ਹੋਵੇ ਕੈਨੇਡਾ, ਅਤੇ ਸੁਪਨੇ ਤੁਹਾਡੇ ਸਾਕਾਰ ਹੋਣ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।